ਤੇ ਅੱਛਾ ਸ਼ਿਕਲ ਦੂਸਰੇ ਹਫਤੇ ਪੈਂਡਾ ਦਾ ਸਵਾਗਤ ਕਰਦੇ ਹਾਂ ਵੀਰ ਸਮਝਦਰ ਦੀ YouTube ਚੈਨਲ ਤੇ ਜਿਹੜੇ ਤੱਕ ਦੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਅੱਜ ਅਪਾ ਗੱਲ ਕਰਾਂਗੇ ਜੀ ਬ੍ਰਾਊਨ ਮੁੰਡੇ ਦੇ ਸਿੰਗਰ ਐਪੀ ਟੈਲੋ ਬਾਰੇ ਐਪੀ ਟੈਲੋ ਦੀ ਦਿਨੋ ਦਿਨ ਚੜਾਈ ਹੋਈ ਜਾ ਰਹੀ ਇੰਡਸਟਰੀ ਦੇ ਵਿੱਚ ਤੇ ਹੁਣ ਜੇ ਇੱਕ ਇਹੋ ਜੀ ਗੱਲ ਨਿਕਲ ਕੇ ਆ ਰਹੀ ਹੈ ਸਾਹਮਣੇ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਉਸ ਤੋਂ ਬਾਅਦ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨੀ ਚੜਾਈ ਵੀ ਕਿਸੇ ਦੀ ਹੋ ਸਕਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ 올림픽 ਸਟਲ ਰਹੇ ਨੇ 23 ਜੁਲਾਈ ਤੋਂ ਲੈ ਕੇ 8 ਅਗਸਤ ਤੱਕ ਇਹ ਜਿਹੜੇ 올림픽ਸ ਨੇ ਉਹ ਚੱਲਨੇ ਨੇ ਤੇ ਇਸ ਦੇ ਵਿੱਚ ਹੀ ਜੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 올림픽ਸ ਦੇ ਵਿੱਚ ਜਿਹੜਾ ਇੰਡੀਆ ਰਿਪਰੈਜ਼ੈਂਟ ਕਰ ਰਹੇ ਨੇ ਉਹਦੇ ਵਿੱਚ ਜੀ 40 ਪੰਜਾਬ ਤੇ ਹਰਿਆਣਾ ਦੇ ਮੁੰਡੇ ਕੁੜੀਆਂ ਹੈਗੇ ਨੇ ਜੋ ਕਿ ਜੇ ਆਪ ਦੇ ਵਿੱਚ ਇਹ ਬਹੁਤ ਤਗੜੀ ਗੱਲ ਹੈ ਉਸ ਤੋਂ ਬਾਅਦ ਜੇ ਪੰਜਾਬ ਵਾਸਤੇ ਇੱਕ ਹੋਰ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਉਹ ਆ ਰਹੀ ਹੈ ਕਿ ਜੀ OBC Music ਨੇ ਜੀ ਸਿਲੈਕਸ਼ਨ ਕਰੀਏ ਗਾਣਿਆਂ ਦੀ 올ਓਵਰ ਦ ਵਰਲਡ ਜੋ ਕਿ ਜੀ ਰਿਪਰੈਜ਼ੈਂਟ ਕਰ ਰਹੇ ਨੇ ਕਿ ਮਿਊਜ਼ਿਕ ਕਲਚਰ ਤੇ ਉਸ ਦੇ ਵਿੱਚ ਜੀ ਇੱਕ ਗਾਣਾ ਹੈਗਾ ਇਹ ਪਿਟਲੋ ਦਾ ਵੀ ਜੋ ਕਿ ਜੀ ਮਾਂ ਬੈਲੇ ਹੋਣ ਵਾਲਾ ਹੈ ਜੋ ਕਿ ਪਿੱਛੇ ਜਿਹਾ ਆਇਆ ਜਿਸ ਦੀ ਜੀ ਕਲਿੱਪ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਗਾਣਾ ਕੱਢਿਆ ਤੇ ਉਹ ਗਾਣਾ ਜੀ ਲਿਸਟ ਹੋ ਚੁੱਕਾ ਇਸ ਦੇ ਕਿਉਂਕਿ ਬਹੁਤ ਵੱਡੀ ਗੱਲ ਹੈ ਇੰਡੀਆ ਲਈ ਪੰਜਾਬ ਲਈ ਤੇ ਆਬਵੀਅਸਲੀ ਕੈਨੇਡਾ ਲਈ ਵੀ ਤੁਹਾਨੂੰ ਇਹ ਅਪਡੇਟ ਕਹਿੋ ਜਲਦੀ ਕੀਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੋ ਜੇ ਹੋਰ ਅਪਡੇਟਸ ਲਈ ਸਬਸਕ੍ਰਾਈਬ ਕਰ ਲੈਣਾ ਮਿਲਦੇ ਕਿਸੇ ਨਵੀਂ ਹੋਰ ਅਪਡੇਟ ਦੇ ਨਾਲ ਉਦੋਂ ਤੱਕ ਜੀ ਬਾਏ ਬਾਏ